ਸਾਡੇ ਭਾਈਚਾਰੇ ਨੇ ਦੇਖਿਆ ਹੋਵੇਗਾ ਕਿ ਕੈਨੇਡਾ ਦੇ ਵਿੱਚ ਪੈਟ ਰੱਖਣ ਦਾ ਜਿਹੜੀ ਪ੍ਰਤੀ ਚਲਨ ਹੈ ਬਹੁਤ ਹੈ, ਔਰ ਜਿਹੜੇ ਅੰਕੜੇ ਸਾਡੇ ਸਾਹਮਣੇ ਆਏ ਹੈ ਕਿ ਜਿਹੜੀ ਕੈਟਸ ਹੈਗੀਆਂ ਉਹ 70,90,000 ਹੈ ਕੈਨੇਡਾ ਦੇ ਵਿੱਚ, ਔਰ ਜਿਹੜੇ ਡੋਗਸ ਹੈਗੇ ਹੈ ਉਹ 50,90,000 ਹੈ, ਜਦਕਿ ਸਾਡੇ ਸਾਊਥ ਏਸ਼ੀਅਨ ਜਿਹੜੇ ਇਮੀਗ੍ਰੈਂਟ ਹੈ ਉਹ ਸਿਰਫ 16 ਲੱਖ ਹੈ ਪੂਰੇ ਕੈਨੇਡਾ ਦੇ ਵਿੱਚ। ਸੋ ਇਸ ਗੱਲ ਤੋਂ ਇਹ ਪਤਾ ਲੱਗਦਾ ਹੈ ਕਿ ਜਿਹੜੀ ਮੇਨ ਸਟ੍ਰੀਮ ਕਮਿਊਨਿਟੀ ਹੈ, ਚਾਹੇ ਸਾਡੀ ਬਰਾਊਨ ਕਮਿਊਨਿਟੀ ਹੈ, ਅਸੀਂ ਪੈਟਸ ਰੱਖ ਕੇ ਜਿਹੜੇ ਹੈ ਬੜੇ ਖੁਸ਼ ਹੁੰਦੇ ਹਾਂ। ਅੱਜ ਅਸੀਂ ਡਾਕਟਰ ਤੁੱਲੀ, ਡਾਕਟਰ ਗੁਰਮੀਤ ਤੁੱਲੀ, ਜਿਨ੍ਹਾਂ ਦਾ ਆਪਣਾ ਹੋਸਪਿਟਲ ਹੈ ਮਿਲਵੀ ਪੈਟ ਹੋਸਪਿਟਲ ਐਡਮੰਟਨ 'ਚ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਲੋਕ ਪੈਟ ਕਿਉਂ ਰੱਖਦੇ ਹੈ, ਡੋਗ ਰੱਖਣਾ ਚਾਹੀਦਾ ਹੈ ਕਿ ਕੈਟ ਰੱਖਣੀ ਚਾਹੀਦੀ ਹੈ, ਔਰ ਇਹਦੇ ਨਾਲ ਨਾਲ ਕੀ ਹੋਰ ਫਾਇਦੇ ਨੇ, ਕੀ ਲਾਹੇਵੰਦ ਗੱਲਾਂ ਨੇ, ਜਾਂ ਕੀ ਖਰਚਾ ਹੈ ਪੈਟ ਰੱਖਣ ਦਾ। Tia is with us and we would like to ask her why people keep pets. So what is your experience, Tia? Main reasons why people like to get pets is compassion, endless love. No matter what you do to them, they will always love you. It does responsibilities for kids to learn to feed animals, to eat proper food, to brush their teeth, all that stuff. And also, it gets boredom. So when people get bored, they have something to play with, something to watch. They get to learn from animals as well, too. So there's a lot of different reasons why people love to have animals. So you have pets at home? I do, yeah. I have 2 dogs and a cat. Oh, my goodness. Is it an expensive affair? Well, you have to keep in mind, if you do want a pet, you have to get them, like, vaccinated and annual checkups and stuff like that. So getting a pet is not just getting the pet. You have to pay for bills on top of having animals. So it's always good to actually have a savings away for an animal. So if accidents happen, you can also pay for them. Thank you, Dad. Not a problem. Amanda, quick question to you is why we have to get license from city? It's always important to get a license from the city, because if you lose your animal and it is found, the city can contact you quickly. It also helps you to avoid a $250 fine. Okay. And we have to get microchip and other things as well? Yeah, that is also important. You know, if you lose your animal, you know, people find it, they can bring it into the clinic. They can scan the back quickly and, yeah, be able to contact you. So when we have city license, what benefits are we getting from city of Edmonton? Well, you basically just avoid a fine and you get your pet quicker. Okay. Yeah. Thank you very much. Yeah, no problem. ਸਾਡੇ ਨਾਲ ਅੱਜ ਡਾਕਟਰ ਗੁਰਮੀਤ ਸਿੰਘ ਤੁੱਲੀ ਹਨ, ਜਿਹੜੇ ਕਿ ਵੈਟਨਰੀ ਡਾਕਟਰ ਨੇ ਔਰ 30 ਸਾਲ ਤੋਂ ਇੰਡੀਆ 'ਚ ਪ੍ਰੋਫੈਸ਼ਨ ਨਾਲ ਜੁੜੇ ਦੇ ਸੀ, ਔਰ ਕੈਨੇਡਾ 'ਚ ਐਡਮਿੰਟਨ 'ਚ ਵੀ 10 ਸਾਲ ਤੋਂ ਪ੍ਰੈਕਟਿਸ ਕਰ ਰਹੇ ਨੇ, ਆਪਣਾ ਮਿਲਵਿਊ ਪੈਟ ਹੋਸਪਿਟਲ ਚਲਾ ਰਹੇ ਨੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਮਿਹਰਬਾਨੀ ਸ਼ਰਮਾ ਜੀ। ਹਾਰਮੋਨੀ ਟੀ ਵੀ ਵੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਜੀ ਆਇਆਂ ਨੂੰ, ਮਿਲਵਿਊ ਪੈਟ ਹੋਸਪਿਟਲ ਤੁਸੀਂ ਆਇਓ, ਜੀ ਆਇਆਂ ਨੂੰ। ਡਾਕਟਰ ਸਾਹਿਬ, ਇੱਕ ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸੋ ਕਿ ਪੈਟ ਕਿਉਂ ਰੱਖਿਆ ਜਾਂਦਾ, ਔਰ ਜੇ ਪੈਟ ਰੱਖਣਾ ਹੈ, ਡੋਗ ਰੱਖਣਾ ਹੈ ਕਿ ਕੈਟ ਰੱਖਣਾ? ਪੈਟ ਰੱਖਣ ਦਾ ਜਿਹੜਾ ਤੱਕ ਸਵਾਲ ਹੈਗਾ ਜੀ, ਇਹ ਸਾਰਿਆਂ ਦੀ ਆਪਣੀ ਪਰਸਨਲ ਚੋਇਸ ਹੁੰਦੀ ਹੈਗੀ ਹੈ, ਇੰਡੀਵਿਜੁਅਲ ਚੋਇਸ ਹੈ। ਇਹਦੇ ਵਿੱਚ ਮੇਰੇ ਵੱਲੋਂ ਸੁਝਾਅ ਹੁੰਦਾ ਕਿ ਜਿਵੇਂ ਤੁਸੀਂ ਪੈਟ ਰੱਖਣਾ ਹੈ, ਡੋਗ ਰੱਖਣਾ ਹੈ, ਉਹਦੇ ਵਾਸਤੇ ਜਗ੍ਹਾ ਚਾਹੀਦੀ ਹੈ, ਉਹਦੇ ਵਾਸਤੇ ਕਮਿਟਮੈਂਟ ਚਾਹੀਦੀ ਹੈ, ਸਵੇਰੇ ਸ਼ਾਮ ਨੂੰ ਬਾਹਰ ਲੱਗ ਜਾਣਾ ਹੈ। ਉਹਦੇ ਕੰਪੈਟੇਬਲੀ ਇੱਥੇ ਬਿੱਲੀ ਬਹੁਤ ਪਸੰਦ ਕਰਦੇ ਲੋਕ, ਕਿਉਂਕਿ ਬਿੱਲੀ ਦੀ ਜਿਹੜੀ ਰੱਖ ਰਖਾਵ ਹੈਗਾ ਬਹੁਤ ਮਿਨੀਮਲ ਹੈਗਾ, ਅਤੇ ਉਹਦੇ ਵਾਸਤੇ ਜਗ੍ਹਾ ਵੀ ਨਹੀਂ ਚਾਹੀਦੀ, ਉਹਦੇ ਵਾਸਤੇ ਉਹਦੀ ਕਮਿਟਮੈਂਟ ਵੀ ਘੱਟ ਜਾਂਦੀ ਹੈ, ਕਿਉਂਕਿ ਤੁਸੀਂ ਉਹਨੂੰ ਬਾਹਰ ਨਹੀਂ ਲੈ ਕੇ ਜਾਣਾ। ਸੋ ਬਿਲਕੁਲ ਪਰਸਨਲ ਚੋਇਸ ਹੈਗੀ ਤੁਹਾਡੀ ਕਿ ਤੁਸੀਂ ਕੀ ਅਫੋਰਡ ਕਰਦੇ ਹੋ, ਤੁਹਾਡੀ ਅਫੋਰਡੇਬਿਲਿਟੀ 'ਤੇ ਵੀ ਹੈਗਾ ਕਿ ਤੁਸੀਂ ਕੀ ਅਫੋਰਡ ਕਰਦੇ, ਤੁਹਾਡੀ ਪਸੰਦ ਕੀ ਹੈ, ਅਤੇ ਉਸ ਹਿਸਾਬ ਨਾਲ ਤੁਸੀਂ ਆਪਣਾ ਚੂਜ਼ ਕਰਦੇ ਹੋ। ਵੱਡਾ ਕੁੱਤਾ ਰੱਖਣਾ, ਛੋਟਾ ਰੱਖਣਾ, ਜਗ੍ਹਾ 'ਤੇ ਡਿਪੈਂਡ ਕਰਦਾ, ਤੁਹਾਡੀ ਟੇਸਟ 'ਤੇ ਡਿਪੈਂਡ ਕਰਦਾ। ਸੋ ਇਹ ਤੁਹਾਨੂੰ ਰੱਖਣ ਤੋਂ ਪਹਿਲਾਂ ਕਿਸੇ ਚੰਗੇ ਵੈਟਨੇਰੀਅਨ ਨਾਲ ਜਾਂ ਕਿਸੇ ਮਾਹਿਰ ਨਾਲ ਗੱਲ ਕਰ ਲੈਣੀ ਚਾਹੀਦੀ ਹੈ, ਤਾਂ ਜੋ ਤੁਸੀਂ ਬਾਅਦ 'ਚ ਔਖੇ ਨਾ ਹੋਵੋ। ਡਾਕਟਰ ਸਾਹਿਬ, ਇਹਦੇ ਨਾਲ ਇਹ ਵੀ ਦੱਸੋ ਤੁਸੀਂ, ਕਿਉਂਕਿ ਆਪਾਂ ਜਦ ਪੈਟ ਰੱਖ ਲਿਆ, ਉਹਦੀ ਪਾਪੂਲੇਸ਼ਨ ਜਿਹੜੀ ਹੈ ਕਿੱਦਾਂ ਕੰਟਰੋਲ ਕੀਤੀ ਜਾ ਸਕਦੀ ਹੈ? ਦੇਖੋ, ਇਸ ਵੇਲੇ ਬਹੁਤ ਵੱਡੀ ਗੰਭੀਰ ਸਮੱਸਿਆ ਬਣੀ ਹੋਈ ਹੈ ਸਾਰੇ ਵਰਲਡ ਦੇ ਵਿੱਚ ਹੀ, ਅਮੈਰੀਕਾ, ਕੈਨੇਡਾ, ਇੰਡੀਆ ਵੀ ਦੇਖੀਏ ਤਾਂ ਜਿਹੜੇ ਅਵਾਰਾ ਪੈਟਸ ਫਿਰਦੇ ਪਏ ਨੇ ਉਹਨਾਂ ਦਾ ਕੋਈ ਵਾਲੀ ਵਾਸ ਨਹੀਂ ਹੈਗਾ। ਸੋ ਸਾਡਾ ਪੂਰਾ ਪ੍ਰੋਫੈਸ਼ਨ ਦਾ ਜ਼ੋਰ ਲੱਗਿਆ ਇੰਡੀਆ 'ਚ ਵੀ, ਇੱਥੇ ਵੀ, ਕਿ ਇਹਨਾਂ ਨੂੰ ਕੰਟਰੋਲ ਕੀਤਾ ਜਾਵੇ। ਇਹ ਕੰਟਰੋਲ ਕਰਨ ਵਾਸਤੇ ਸਪੇਅ ਅਤੇ ਨਿਊਟਰਸ ਯੂਜ਼ ਵਰਡ ਕਰਦੇ ਹੈਗੇ ਹਾਂ। ਸਪੇਅ ਹੁੰਦਾ ਜਿਹੜੀਆਂ ਫੀਮੇਲ ਹੁੰਦੀਆਂ, ਉਹਦੇ 'ਚੋਂ ਯੂਟਰਸ ਅਤੇ ਓਵਰੀਜ਼, ਓਵਰੀਆਸਟਮੀ ਕਰ ਦਿੰਦੇ ਹਾਂ ਅਸੀਂ, ਅਤੇ ਉਹ ਬਾਹਰ ਕੱਢ ਦਿੰਦੇ ਹਾਂ, ਜਿਹਦੇ ਨਾਲ ਕਿ ਉਹਦਾ ਜਿਹੜਾ ਮਹਾਂਵਾਰੀ ਜਾਂ ਉਹਦਾ ਪੀਰੀਅਡਸ ਆਉਣੇ ਬੰਦ ਹੋ ਜਾਂਦੇ ਨੇ, ਅਤੇ ਉਹਦੀ ਬੱਚੇ ਪੈਦਾ ਕਰਨ ਦੀ ਸਮਰੱਥਾ ਖਤਮ ਹੋ ਜਾਂਦੀ ਹੈ। ਇਸ ਤਰ੍ਹਾਂ ਹੀ ਮੇਲ ਦੇ ਵਿੱਚ ਹੈਗੀ ਹੈ, ਉਹਦੇ ਵਿੱਚ ਅਸੀਂ ਓਵੀਰੈਸਟ, ਉਹਦੇ ਵਿੱਚ ਵੀ ਅਸੀਂ ਟੈਸਟਿਸ ਕੱਢ ਦਿੰਦੇ ਹਾਂ, ਅਤੇ ਜਦੋਂ ਉਸ ਤੋਂ ਬਾਅਦ ਉਹਦੀ ਸਮਰੱਥਾ ਖਤਮ ਹੋ ਜਾਂਦੀ ਹੈ ਕਿ ਉਹ ਬੱਚੇ ਪੈਦਾ ਕਰ ਸਕੇ, ਉਹ ਸੀਮਨ ਪ੍ਰੋਡਿਊਸ ਕਰ ਸਕੇ। ਤੋ ਇਹ ਬਹੁਤ ਵਧੀਆ ਤਰੀਕਾ ਹੈਗਾ ਉਹਨਾਂ ਨੂੰ ਫਿਕਸ ਕਰਕੇ ਅੱਗੋਂ ਕੀਪ ਆਉਣ ਕਰਨ ਦਾ, ਤਾਂ ਜੋ
ਪਾਪੂਲੇਸ਼ਨ ਦੇ ਪੂਰੀ ਤਰ੍ਹਾਂ ਨਾਲ ਕੰਟਰੋਲ ਪਾਇਆ ਜਾ ਸਕੇ। ਇਹਦੇ ਨਾਲ ਡਾਕਟਰ ਸਾਹਿਬ ਇਹ ਵੀ ਦੱਸੋ ਤੁਸੀਂ ਕਿ ਜਿਹੜਾ ਪੈਟ ਹੈ ਉਹਦਾ ਰੱਖ ਰਖਾਵ ਜਿਹੜਾ ਉਹ ਕਿਸ ਹਿਸਾਬ ਨਾਲ ਹੋਣਾ ਚਾਹੀਦਾ? ਦੇਖੋ ਪੈਟ ਜਿਹੜਾ ਪਿਛੋਕੜੇ ਟਾਈਮ ਸੀਗਾ ਕਿਸੇ ਹੋਰ ਤਰੀਕੇ ਦਾ ਸੀਗਾ, ਹੁਣ ਇਹ ਸਾਡੇ ਪਰਿਵਾਰ ਦਾ ਇੱਕ ਅੰਗ ਮੰਨਿਆ ਜਾਂਦਾ ਹੈਗਾ। ਬੱਚੇ ਉਹਨੂੰ ਪਰਿਵਾਰ ਵਾਂਗ ਹੀ ਪਾਲਦੇ ਨੇ, ਆਪਣੇ ਸਾਰੇ ਬੰਦੇ ਜਦੋਂ ਵੀ ਆਪਾਂ ਰੱਖਦੇ ਹਾਂ ਉਹਨੂੰ ਉਨਾ ਪਿਆਰ ਕਰਨਾ ਪੈਂਦਾ ਜਿੰਨਾ ਅਸੀਂ ਇੱਕ ਪਰਿਵਾਰ ਦੇ ਮੈਂਬਰ ਨੂੰ ਕਰਦੇ ਹਾਂ। ਇਸ ਕਰਕੇ ਇਹਦਾ ਖਰਚਾ ਗਿਣਿਆ ਮਿਣਿਆ ਨਹੀਂ ਜਾ ਸਕਦਾ, ਜਿਵੇਂ ਅਸੀਂ ਇੱਕ ਪਰਿਵਾਰ ਦੇ ਮੈਂਬਰ ਦਾ ਖਰਚਾ ਗਿਣ ਮਿਣ ਨਹੀਂ ਸਕਦੇ। ਉਹਦਾ ਰੱਖ ਰਖਾਵ, ਉਹਦਾ ਖਾਣਾ ਪੀਣਾ, ਉਹਦੀ ਬਿਮਾਰੀ ਦਾ ਖਰਚਾ, ਇਹ ਸਾਰੇ ਆਉਂਦੇ ਜਾਂਦੇ ਰਹਿੰਦੇ ਨੇ। ਇਹਦੇ ਵਾਸਤੇ ਵੀ ਬੜੀ ਅੱਛੀ ਤਰੀਕਾ ਹੈਗਾ ਕਿ ਤੁਸੀਂ ਇੰਸ਼ੋਰੈਂਸ ਖਰੀਦ ਸਕਦੇ ਹੋ ਜਿਹੜੀ ਕਿ ਕਰੀਬਨ $30 ਤੋਂ ਲੈ ਕੇ $50-55 ਤੱਕ ਮਿਲ ਜਾਂਦੀ ਹੈਗੀ ਮਹੀਨੇ ਦੀ, ਅਤੇ ਉਹਦੇ ਨਾਲ ਤੁਹਾਡਾ ਕਾਫੀ ਬਜਟਿੰਗ ਹੋ ਜਾਂਦੀ ਹੈਗੀ ਹੈ ਕਿ ਤੁਸੀਂ ਜਦੋਂ ਕੋਈ ਐਮਰਜੈਂਸੀ ਆਉਂਦੀ ਹੈ, ਕਿਉਂਕਿ ਐਮਰਜੈਂਸੀ ਬਿਮਾਰੀ ਦੀ ਕਿਸੇ ਵੇਲੇ ਵੀ ਆ ਜਾਂਦੀ ਹੈ ਅਤੇ ਤੁਹਾਨੂੰ ਲੱਗਦਾ ਕਿ ਹੁਣ ਪੈਸੇ ਬਹੁਤ ਲੱਗਣੇ ਆ, ਅਤੇ ਫਿਰ ਉਹ ਇੰਸ਼ੋਰੈਂਸ ਕਵਰ ਕਰ ਲੈਂਦੀ ਹੈ। ਅਤੇ ਮੇਰਾ ਸੁਝਾਅ ਇਹੀ ਹੈ ਕਿ ਜੇ ਤੁਸੀਂ ਵੱਡਾ ਕੁੱਤਾ ਰੱਖਿਆ ਜਾਂ ਕੋਈ ਵੀ ਪੈਟ ਰੱਖਦੇ ਹੋ ਤਾਂ ਉਹਦੇ ਨਾਲ ਇੰਸ਼ੋਰੈਂਸ ਖਰੀਦ ਹੀ ਲੈਣੀ ਚਾਹੀਦੀ ਹੈ। ਆਪਣਾ ਇੱਕ ਐਕਸਪੀਰੀਅੰਸ ਦੱਸੋ ਡਾਕਟਰ ਸਾਹਿਬ, ਸਾਡੇ ਜਿਹੜੇ ਦਰਸ਼ਕ ਹੈ ਕਿ ਆਮ ਜੇ ਅਸੀਂ ਕੈਟ ਜੇ ਡੋਗ ਰੱਖੀਏ ਉਹਦੀ ਲਾਈਫ ਟਾਈਮ 'ਚ ਕਿੰਨਾ ਕੁ ਖਰਚਾ ਆ ਜਾਂਦਾ ਉਹ 'ਤੇ? ਇਹ ਬਿਲਕੁਲ ਉਹੀ ਸਵਾਲ ਹੈਗਾ ਜਿਵੇਂ ਇਨਸਾਨ ਦੀ ਗੱਲ ਕਰਦੇ ਹਾਂ ਕਿ ਉਹਦੇ ਰੱਖ ਰਖਾਵ, ਉਹਦੀ ਖੁਰਾਕ ਦੇ ਉੱਤੇ, ਉਹਦਾ ਐਕਸਰਸਾਈਜ਼ ਦੇ ਉੱਤੇ। ਜਿਵੇਂ ਇੱਕ ਆਮ ਇਨਸਾਨ ਜਿਹੜਾ ਪੇਂਡੂ ਇਨਸਾਨ ਸੀਗਾ ਉਹਨੂੰ ਕਦੇ ਡਾਕਟਰ ਕੋਲ ਜਾਣ ਦੀ ਲੋੜ ਹੀ ਨਹੀਂ ਸੀ ਪੈਂਦੀ। ਜਿਹੜਾ ਆਮ ਰੱਖ ਰਖਾਵ ਸੀ, ਉਹਦੀ ਖੁਰਾਕ ਸੀ ਬੜੀ ਚੰਗੀ ਸੀ, ਪੌਸ਼ਟਿਕ ਆਹਾਰ ਸੀਗਾ। ਇੱਥੇ ਵੀ ਇਹੀ ਸਵਾਲ ਹੈਗਾ ਕਿ ਉਹਦਾ ਖੁਰਾਕ, ਉਹਦਾ ਰੱਖ ਰਖਾਵ, ਉਹਦੀ ਹੈਲਥ, ਉਹਦੀ ਐਕਸਰਸਾਈਜ਼ ਅਸੀਂ ਕਿੰਨੀ ਕੁ ਮੇਨਟੇਨ ਕਰ ਰਹੇ ਹੈਗੇ। ਇੱਕ ਆਮ ਡੋਗ ਜਿਹੜਾ 15-16 ਸਾਲ ਜ਼ਿੰਦਗੀ ਜੀਂਦਾ, ਜੇ ਉਹਦੀ ਵਧੀਆ ਸਿਹਤ ਰਹੇ ਤਾਂ ਮੈਂ ਦੇਖਿਆ ਕਈ ਵਾਰੀ ਉਹ 4-5 ਵਾਰੀ ਵੀ ਸਾਡੇ ਕੋਲ ਨਹੀਂ ਆਉਂਦੇ ਚੈੱਕਅਪ ਲਈ। ਟੀਥ ਬੜੇ ਅੱਛੇ ਹੁੰਦੇ ਉਹਨਾਂ ਦੇ, ਅਤੇ ਜਦੋਂ ਉਹ ਜੰਕ ਫੂਡ ਖਾਂਦੇ ਨੇ ਜਾਂ ਅਸੀਂ ਉਹਨਾਂ ਦੀ ਖਿਆਲ ਨਹੀਂ ਕਰਦੇ ਤਾਂ ਉਹਨਾਂ ਨੂੰ ਕਈ ਵਾਰੀ ਸਾਲ 'ਚ 4-4 ਵਾਰੀ ਵੀ ਆਉਣਾ ਪੈਂਦਾ ਹੈਗਾ। ਇਹ ਡਿਪੈਂਡ ਕਰਦਾ ਕਿ ਤੁਸੀਂ ਉਹਦਾ ਰੱਖ ਰਖਾਵ ਕਿਸ ਤਰ੍ਹਾਂ ਰੱਖਿਆ ਹੋਇਆ ਹੈਗਾ। ਇਹਦੇ ਨਾਲ ਨਾਲ ਡਾਕਟਰ ਸਾਹਿਬ, ਕਿਉਂਕਿ ਇੱਥੇ ਰੁਝਾਨ ਬੜਾ ਔਰ ਮੈਂ ਕਈ ਅੰਕੜੇ ਜਿਹੜੇ ਹੈ ਇੰਟਰਨੈਟ ਤੋਂ ਦੇਖੇ ਵੀ ਹੈ, ਔਰ ਇਹਦੇ ਲਈ ਕੋਈ ਹੋਰ ਸਪੈਸ਼ਲ ਤੁਹਾਡੀਆਂ ਇੰਸਟਰਕਸ਼ਨ ਜਿਹੜੀਆਂ ਜਿਹੜੇ ਪੈਟ ਰੱਖਦੇ ਆ ਤੁਹਾਡੇ ਵੱਲੋਂ? ਮੇਰੇ ਹਿਸਾਬ ਨਾਲ ਜਦੋਂ ਵੀ ਕਿਸੇ ਨੇ ਕੋਈ ਪੈਟ ਨੂੰ ਚੂਜ਼ ਕਰਨਾ, ਕੈਟ ਰੱਖਣੀ ਹੈ ਜਾਂ ਡੋਗ ਰੱਖਣਾ, ਮੈਂ ਪਹਿਲਾਂ ਫਿਰ ਉਹੀ ਆਪਣਾ ਸੁਝਾਅ ਦਿੰਦਾ ਕਿ ਕਿਸੇ ਮਾਹਿਰ ਨਾਲ ਗੱਲ ਕੀਤੀ ਜਾਵੇ, ਉਹਦੇ ਵਿੱਚ ਉਹ ਜਗ੍ਹਾ, ਉਹਦੇ ਟੇਸਟ, ਉਹਦੀ ਹਰ ਚੀਜ਼ ਨੂੰ ਡਿਸਕਸ ਕੀਤਾ ਜਾਵੇ। ਜਿਹੜੀਆਂ ਬਰੀਡਸ ਨੇ ਇੱਥੇ ਉਹ ਵੀ ਬੜੀਆਂ ਯੂਜ ਟੂ ਹੁੰਦੀਆਂ ਵੀ ਮੈਂ ਕਿਹੜੀ ਬਰੀਡ ਰੱਖਣੀ, ਜਰਮਨ ਸ਼ੈਫਰਡ ਰੱਖਣੀ ਹੈ, ਡੋਬਰਮੈਨ ਰੱਖਣੇ ਆ, ਬੜੀਆਂ ਪਰਟੀਕੁਲਰ ਹੈਗੀਆਂ, ਲੈਬ ਰੱਖਣਾ, ਪਿਟਬੁਲ ਰੱਖਣਾ, ਇਹ ਸਾਰਾ ਕੁਛ ਡਿਪੈਂਡ ਕਰਦਾ ਉਹਦੇ ਸੁਭਾਅ ਦੇ ਉੱਤੇ, ਕਿਉਂਕਿ ਜਿਹੜਾ ਸੁਭਾਅ ਮਾਲਕ ਦਾ ਉਹੀ ਅੱਗੇ ਟ੍ਰਾਂਸਫਰ ਹੋਣਾ ਐਨੀਮਲ ਦੇ ਵਿੱਚ। ਅਤੇ ਮੇਰਾ ਸੁਝਾਅ ਇਹ ਹੈ ਕਿ ਜਦੋਂ ਵੀ ਤੁਸੀਂ ਕੋਈ ਪੈਟ ਚੂਜ਼ ਕਰਦੇ ਹੋ ਪਹਿਲਾਂ ਉਹਦੇ ਬਾਰੇ ਪੂਰੀ ਤਰ੍ਹਾਂ ਰਿਸਰਚ ਕਰ ਲਵੋ, ਤਾਂ ਜੋ, ਕਿਉਂਕਿ ਉਹ ਤੁਹਾਡੀ ਫੈਮਿਲੀ ਦਾ ਇੱਕ ਅੰਗ ਬਣਨ ਜਾ ਰਿਹਾ। ਜਿਵੇਂ ਅਸੀਂ ਆਪਣੇ ਪਰਿਵਾਰ ਦੇ ਵਿੱਚ ਜਾਂ ਆਪਣੇ ਦੋਸਤਾਂ ਨੂੰ ਚੁਣਦੇ ਹਾਂ ਅਤੇ ਉਹਦੇ ਵਿੱਚ ਰਿਸਰਚ ਕਰ ਲੈਂਦੇ ਵੀ ਇਹ ਚੰਗਾ ਕਿ ਮਾੜਾ, ਉਸ ਤਰ੍ਹਾਂ ਹੀ ਸਾਨੂੰ ਪਹਿਲਾਂ ਰਿਸਰਚ ਕਰ ਲੈਣੀ ਚਾਹੀਦੀ ਹੈ, ਕਿਉਂਕਿ ਜਦੋਂ ਇੱਕ ਫੈਮਿਲੀ ਦਾ ਪਾਰਟ ਬਣ ਗਿਆ ਹੈ ਉਸ ਤੋਂ ਬਾਅਦ ਇਹਨੂੰ ਛੱਡਣਾ ਬਹੁਤ ਔਖਾ ਹੋ ਜਾਂਦਾ ਹੈਗਾ। ਡਾਕਟਰ ਸਾਹਿਬ, ਇਹਦੇ ਜਿਹੜੇ, ਕਿਉਂਕਿ ਚਲੋ ਕੈਟ ਦਾ ਆਪਾਂ ਦੇਖਿਆ ਕਿ ਔਖ ਸੌਖੀ ਹੈ ਰੱਖਣੀ, ਡੋਗਸ ਦੇ ਵਿੱਚ ਵਰਾਇਟੀ ਬਹੁਤ ਹੈ ਔਰ ਕਈ ਅਗਰੈਸਿਵ ਡੋਗ ਵੀ ਹੁੰਦੇ ਆ, ਉਹਨਾਂ ਦੀ ਟ੍ਰੇਨਿੰਗ ਬਾਰੇ ਵੀ ਥੋੜ੍ਹਾ ਸਾਨੂੰ ਜਾਣੂ ਕਰਾਓ। ਅੱਜ ਕੱਲ੍ਹ ਤਾਂ ਬਹੁਤ ਹੀ ਵਧੀਆ ਤਰੀਕਾ ਆ ਗਿਆ ਟ੍ਰੇਨਿੰਗ ਜਿਹੜੀ ਹੈਗੀ ਆ, ਲੋਕ ਜਿਹੜੇ ਖਾਸ ਟ੍ਰੇਨਰ ਮੁਹੱਈਆ ਹੋਣ ਲੱਗ ਗਏ ਨੇ। ਵੈਸੇ ਪਿੱਟ ਸਮਾਰਟ ਦੇ ਵਿੱਚ ਜਾਂ ਅਦਰਵਾਈਜ਼ ਜਿਹੜੇ ਹੈਗੇ ਟ੍ਰੇਨਰਸ, ਉਹ ਤੁਹਾਡੇ ਘਰ ਆ ਕੇ ਵੀ ਟ੍ਰੇਨ ਕਰ ਦਿੰਦੇ ਨੇ, ਕੋਈ ਬਹੁਤ ਮਹਿੰਗਾ ਵੀ ਨਹੀਂ ਹੈ। ਰਾਈਟ ਅਰਾਊਂਡ 2.5 ਮੰਥਸ 3 ਮੰਥਸ ਏਜ ਦੇ ਉੱਤੇ ਇਹਦੀ ਟ੍ਰੇਨਿੰਗ ਜਿਹੜੀ ਹੋ ਜਾਂਦੀ ਹੈ। ਜੇ ਕੋਈ ਚਾਹੇ ਅੱਜ ਕੱਲ੍ਹ ਤਾਂ TV ਦੇ ਉੱਤੇ ਵੀ ਸੀਜ਼ਨ ਮਿਲਾਉਣ ਜਾਂ ਹੋਰ ਕਿੰਨੀਆਂ ਕੈਸਟਾਂ ਪਈਆਂ ਹੈਗੀਆਂ, ਉਹ ਦੇਖ ਕੇ ਤੁਸੀਂ ਖੁਦ ਵੀ ਕੋਸ਼ਿਸ਼ ਕਰ ਸਕਦੇ ਹੋ ਅਤੇ ਉਹਨੂੰ ਟ੍ਰੇਨ ਕਰ ਸਕਦੇ ਹੈਗੇ। ਲੋੜੀਂਦੀ ਜਾਣਕਾਰੀ ਲਈ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ। ਬਹੁਤ ਹੀ ਮਿਹਰਬਾਨੀ ਸ਼ਰਮਾ ਜੀ ਤੁਹਾਡੇ ਆਉਣ ਦਾ, ਅਤੇ ਹਾਰਮੋਨੀ TV ਦੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ।